ਕੱਲੇ ਚਿੱਟੇ ਦਾ ਨਹੀਂ ਆਪਾਂ ਕਹਿ ਸਕਦੇ, ਇਹਦੇ ਨਾਲ ਜਿਹੜੀਆਂ ਆਮ ਘਰਾਂ ਦੀਆਂ ਜਿਹੜੀਆਂ ਮਾਤਾਵਾਂ ਭੈਣਾਂ ਦੀਆਂ ਸਾਡੀਆਂ ਬਾਲੀਆਂ ਪੱਟੀਆਂ ਜਾਂਦੀਆਂ, ਸਿਲੰਡਰ ਚੱਕੇ ਜਾਂਦੇ ਆ, ਜਾਂ ਕੇਬਲ ਤਾਰਾਂ ਸਾਡੇ ਕਿਸਾਨ ਵੀਰਾਂ ਦੀਆਂ ਲੱਗੀਆਂ ਨੇਗੀਆਂ, ਇਹਨਾਂ 'ਤੇ ਵੀ ਬਹੁਤ ਜ਼ਿਆਦਾ ਫਰਕ ਹੈ ਇਹ ਚੀਜ਼ ਨਾਲ। ਇੱਕ ਬਿੱਟ 500 ਰੁਪਏ ਤੋਂ ਘੱਟ ਨਹੀਂ ਦਿੰਦੇ, ਅਤੇ ਮੁੰਡੇ 5-3 ਹਜ਼ਾਰ 4-4 ਹਜ਼ਾਰ ਦਾ ਡੇਲੀ ਪੀਂਦੇ ਆ, ਉਹ ਫਿਰ ਚੋਰੀਆਂ ਕਰਕੇ ਪੈਸਾ ਇਹ ਕਰਦੇ ਆ। ਹੁਣ ਅਸੀਂ ਜਿਹੜੇ ਮੁੰਡੇ ਨਸ਼ਾ ਕਰਨ ਵਾਲੇ ਬਾਹਰੋਂ ਪਿੰਡਾਂ 'ਚ ਆਉਂਦੇ ਨਾ, ਅਸੀਂ ਇੱਕ ਨਵੀਂ ਰਣਨੀਤੀ ਬਣਾਈ ਆ ਕਿ ਅਸੀਂ ਪ੍ਰਸ਼ਾਸਨ ਨੂੰ ਨਹੀਂ ਫੜਾਉਣਾ, ਕਿਉਂਕਿ ਉਹਨਾਂ ਨੇ ਵੀ ਸ਼ਾਮ ਨੂੰ ਛੱਡ ਹੀ ਦੇਣਾ। ਕੀ ਕਾਰਨ? ਹਾਂ, ਛੱਡਣਾ ਪੈਂਦਾ ਉਹਨਾਂ ਨੂੰ, ਮਜ਼ਬੂਰੀਆਂ ਬਣਨੀਆਂ, ਕਿ ਉਹਨਾਂ ਕੋਲ ਬਰਾਮਦ ਨਹੀਂ ਹੁੰਦੀ, ਉਹ ਪੀਣ ਵਾਲੇ ਹੁੰਦੇ ਆ। ਹੁਣ ਅਸੀਂ ਉਹਨਾਂ ਤੋਂ ਨਾ ਸਕੂਲਾਂ ਦੀ ਸਫਾਈ ਕਰਾਇਆ ਕਰਾਂਗੇ, ਨਾਲੀਆਂ ਕਢਵਾਇਆ ਕਰਾਂਗੇ। ਨੌਜਵਾਨਾਂ ਨਾਲ ਗੱਲਬਾਤ ਕੀਤੀ ਅਸੀਂ ਪਿਛਲੇ ਦਿਨਾਂ ਦੇ ਵਿੱਚ, ਉਹ ਕਹਿੰਦੇ ਸਾਨੂੰ ਧਮਕੀਆਂ ਵੀ ਆ ਰਹੀਆਂ ਨੇ, ਡਰ ਹੈ ਕਿਤੇ ਨਾ ਕਿਤੇ ਮਨ ਦੇ ਵਿੱਚ। ਬਾਈ, ਜਿਨ੍ਹਾਂ ਦੀਆਂ ਪੋੜਪੜੀਆਂ ਅੰਦਰ ਬੜੀਆਂ ਪਈਆਂ ਬੀਬੀ ਸਮਾਨ, ਉਹ ਤੁਹਾਨੂੰ ਕੀ ਧਮਕੀਆਂ ਦੇਣਗੇ? ਧਮਕੀਆਂ ਉਹ ਉਨੇ ਟਾਈਮ ਦੀਆਂ ਹੀ ਦਿੰਦੇ ਆ ਜਿੰਨਾ ਟਾਈਮ ਉਹਨਾਂ ਦਾ ਸਮਾਨ ਲੱਗਿਆ ਹੁੰਦਾ। ਇਦੋਂ ਬਾਅਦ ਤਾਂ ਅਸੀਂ ਜਿਨ੍ਹਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਮੁੰਡਿਆਂ ਨੇ ਅਸੀਂ ਮਿਲੇ ਹਾਂ, ਰੁਮਾਲ ਬੰਨੇ ਵੀ ਆ ਵੀਰੇ ਖੁੱਚਾਂ ਨੇ ਉਹਨਾਂ ਦੇ। ਪਿੰਡ ਨੂੰ ਹੱਬ ਬਣਾਤਾ ਸੀਗਾ ਇਹਨਾਂ ਨੇ, ਵੱਡੇ ਗੜ੍ਹ ਵਾਲੇ ਬੈਠੇ ਸੀਗੇ ਜਿਹੜੇ ਸਮਾਨ ਵੱਧ ਵੇਚਦੇ ਸੀ ਚਿੱਟਾ ਇਹ, ਅਤੇ ਉਹਦੇ ਕਰਕੇ ਸਾਡੇ ਪਿੰਡ ਦੇ ਵਿੱਚ 3-4 ਮੌਤਾਂ ਇਹੋ ਜਿਹੀਆਂ ਹੋਈਆਂ, ਜਿਹੜੇ ਇਕੱਲੇ ਇਕੱਲੇ ਪੁੱਤ ਸੀ, ਜ਼ਮੀਨ ਜਾਇਦਾਦ ਵੀ ਸੋਹਣੀ ਸੀਗੀ, ਅਤੇ ਕੁਛ ਕੁ ਮੁੰਡੇ ਭਦੌੜ ਦੇ 2 ਡਰੈਂਡ 'ਤੇ ਪਏ ਸੀਗੇ, 15 ਕੁ ਦਿਨਾਂ 'ਚ 3-4 ਮੁੰਡੇ ਅਸੀਂ ਚੱਕੇ ਸੀਗੇ। ਕੀ ਪੋਲਸੀ ਇੱਕ ਇਹ ਬਣਾਈ ਹੋਈ ਹੈ ਇੱਦਾਂ ਦੀ, ਜਿਹੜਾ ਪੰਜਾਬ ਨੂੰ ਇੱਕ ਭੱਠੀ ਦੇ ਵਿੱਚ ਝੋਕਿਆ ਜਾ ਰਿਹਾ, ਆਏ ਦਿਨ ਕਿਸੇ ਨਾ ਥਾਂ 'ਤੇ ਨੌਜਵਾਨ ਦੀ ਮੌਤ ਹੁੰਦੀ ਹੈ, ਕੀ ਆਉਣ ਵਾਲੀਆਂ ਨਸਲਾਂ ਨੂੰ ਇਸੇ ਤਰ੍ਹਾਂ ਹੀ ਬਚਾਇਆ ਜਾ ਸਕਦਾ, ਜਾਂ ਸਰਕਾਰਾਂ 'ਤੇ ਵੀ ਕੋਈ ਵਿਸ਼ਵਾਸ ਹੈਗਾ? ਅਸੀਂ ਕਿਸੇ ਸਰਕਾਰ ਤੋਂ ਕੋਈ ਆਸ ਨਹੀਂ ਕਰਦੇ, ਕਿਉਂਕਿ ਸਰਕਾਰਾਂ ਤਾਂ ਜਮਲੀਆਂ ਖੇਡੀ ਜਾਂਦੀਆਂ, ਉਹ 'ਤੇ ਕਿੱਕਲੀ ਪਾਤੀ, ਉਹ 'ਤੇ ਪਾਤੀ, ਇਹ ਕੰਮ ਆ ਸਰਕਾਰਾਂ ਦਾ, ਕੋਈ ਆਸ ਨਹੀਂ ਵੀਰੇ, ਅਤੇ ਨਾ ਹੀ ਆਸ ਰੱਖੋ, ਕਿਉਂ ਇਹ ਜਿੰਨਾ ਕੁ ਟਾਈਮ 4 ਮਹੀਨੇ 3 ਮਹੀਨੇ ਜਦੋਂ ਪਾਰਟੀਆਂ ਕੋਈ ਵੀ ਆਉਂਦੀਆਂ, ਉਦੋਂ ਹਲਾ ਹਲਾ ਨਾਰੇ ਵੱਜਦੇ ਆ, ਜ਼ਰੂਰ ਵੱਜਦੇ, ਉਹ ਵੱਜਦੇ ਰਹਿਣਗੇ। ਸਤਿ ਸ਼੍ਰੀ ਅਕਾਲ ਜੀ, ਪੰਜਾਬ TV ਚੈਨਲ ਦੇਖ ਰਹੇ ਹੋ ਤੁਸੀਂ, ਮੈਂ ਸਿਮਰਜੀਤ ਸਿੰਘ ਸਦਾਣਾ। ਪੰਜਾਬ ਦੇ ਵਿੱਚ ਜੇਕਰ ਗੱਲ ਕਰ ਲਈਏ ਚਿੱਟੇ ਦੀ, ਤਾਂ ਪਿਛਲੇ ਲੰਮੇ ਸਮੇਂ ਤੋਂ ਵੱਡਾ ਮੁੱਦਾ ਬਣਿਆ ਹੋਇਆ ਪੰਜਾਬ ਦੇ ਵਿੱਚ। ਸਮੇਂ ਸਮੇਂ 'ਤੇ ਪੰਜਾਬ ਦੀ ਸੱਤਾ ਅਤੇ ਸਰਕਾਰਾਂ ਕਾਬਜ਼ ਹੁੰਦੀਆਂ ਰਹੀਆਂ ਨੇ, ਪਰ ਲੋਕ ਅਤੇ ਲੋਕਾਂ ਦੇ ਮੁੱਦੇ ਉੱਥੇ ਰਹੇ ਆ, ਹਾਲਾਂਕਿ ਸਰਕਾਰਾਂ ਚੇਂਜ ਹੁੰਦੀਆਂ ਰਹੀਆਂ ਨੇ, ਬਦਲਦੀਆਂ ਰਹੀਆਂ ਨੇ। ਬੀਤੇ ਸਮੇਂ ਦੀ ਗੱਲ ਕਰ ਲਈਏ ਤਾਂ ਪੰਜਾਬ ਦੀਆਂ ਮਾਵਾਂ ਚਿੱਟੇ ਨਸ਼ੇ ਦੇ ਕਾਰਨ ਧੁਖ ਰਹੀਆਂ ਨੇ, ਕਿਸੇ ਨਾ ਕਿਸੇ ਪਿੰਡ ਦੇ ਵਿੱਚ, ਕਿਸੇ ਨਾ ਕਿਸੇ ਕੋਨੇ ਦੇ ਵਿੱਚ ਆਏ ਦਿਨ ਨੌਜਵਾਨ ਦੀ ਜਿਹੜੀ ਆ ਉਹ ਲਾਸ਼ ਮਿਲਦੀ ਹੈ, ਅਤੇ ਵੱਡਾ ਗੰਭੀਰ ਮੁੱਦਾ ਪੰਜਾਬ ਦੇ ਵਿੱਚ ਬਣਿਆ ਹੋਇਆ। ਇਹੀ ਕਾਰਨ ਆ ਕਿ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਵਿੱਚ ਜਾ ਕੇ, ਨੌਜਵਾਨਾਂ ਨਾਲ ਗੱਲਬਾਤ ਕਰੀ ਦੀ ਆ, ਨੌਜਵਾਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਅਸੀਂ ਰਹਿਣਾ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਸਿਸਟਮ ਨਹੀਂ ਵਧੀਆ, ਨਸ਼ਾ। ਇਸੇ ਮੁੱਦੇ ਨੂੰ ਲੈ ਕੇ ਲੋਕ ਇਕੱਠੇ ਹੋਏ ਆ, ਭਾਈ ਰੂਪਾ ਨਗਰਾ ਜਿਹੜਾ ਬਠਿੰਡੇ ਦਾ ਪਹਿਲਕਦਮੀ ਕੀਤੀ ਆ, ਪਿੰਡ ਦੇ ਨੌਜਵਾਨਾਂ ਨੇ, ਪਿੰਡ ਦੇ ਬਜ਼ੁਰਗਾਂ ਨੇ ਸੂਝ ਦੇ ਨਾਲ ਅਤੇ ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਿਆ ਜਾ ਰਿਹਾ। ਆਪਾਂ ਗੱਲਬਾਤ ਕਰਦੇ ਹਾਂ ਨੌਜਵਾਨਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਭਾਈ ਵੱਡੀ ਤੁਸੀਂ ਪਹਿਲਕਦਮੀ ਕੀਤੀ ਆ, ਹਾਲਾਂਕਿ ਲੰਮੇ ਸਮੇਂ ਤੋਂ ਮੁੱਦਾ ਬਣਿਆ ਹੋਇਆ ਪੰਜਾਬ ਦੇ ਵਿੱਚ, ਕਿ ਇਸ ਤਰ੍ਹਾਂ ਚਿੱਟਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾ ਸਕਦਾ? ਹਾਂ ਵੀਰੇ, ਬਹੁਤ ਜ਼ਿਆਦਾ ਠੱਲ ਪੈ ਸਕਦੀ ਆ, ਇਕੱਲੇ ਚਿੱਟੇ ਦਾ ਨਹੀਂ ਆਪਾਂ ਕਹਿ ਸਕਦੇ, ਇਹਦੇ ਨਾਲ ਜਿਹੜੀਆਂ ਆਮ ਘਰਾਂ ਦੀਆਂ ਜਿਹੜੀਆਂ ਮਾਤਾਵਾਂ ਭੈਣਾਂ ਦੀਆਂ ਸਾਡੀਆਂ ਬਾਲੀਆਂ ਪੱਟੀਆਂ ਜਾਂਦੀਆਂ, ਸਿਲੰਡਰ ਚੱਕੇ ਜਾਂਦੇ ਆ, ਜਾਂ ਕੇਬਲ ਤਾਰਾਂ ਸਾਡੇ ਕਿਸਾਨ ਵੀਰਾਂ ਦੀਆਂ ਲੱਗੀਆਂ ਨੇਗੀਆਂ, ਇਹਨਾਂ 'ਤੇ ਵੀ ਬਹੁਤ ਜ਼ਿਆਦਾ ਫਰਕ ਹੈ ਇਹ ਚੀਜ਼ ਨਾਲ, ਕਿਉਂਕਿ ਥੋੜ੍ਹੀ ਸਪਲਾਈ ਇਹਦੀ ਜ਼ਿਆਦਾ ਮਹਿੰਗੀ ਆ, ਸਾਨੂੰ ਇੱਕ ਬਿੱਟ 500 ਰੁਪਏ ਤੋਂ ਘੱਟ ਨਹੀਂ ਦਿੰਦੇ, ਅਤੇ ਮੁੰਡੇ 5-3 ਹਜ਼ਾਰ 4-4 ਹਜ਼ਾਰ ਦਾ ਡੇਲੀ ਪੀਂਦੇ ਆ, ਉਹ ਫਿਰ ਚੋਰੀਆਂ ਕਰਕੇ ਪੈਸਾ ਇਹ ਕਰਦੇ ਆ। ਕੀ ਇਕੱਲੀ ਅਸੀਂ ਚਿੱਟੇ ਦੀ ਸਪਲਾਈ ਨਹੀਂ ਹੈਗੀ ਇਹਦੇ ਵਿੱਚ, ਇਹਦੇ ਵਿੱਚ ਸਾਡੀ ਆ ਜਿਹੜੇ ਚੋਰੀ ਵੀ ਬਹੁਤ ਘੱਟ ਰਹੀ ਆ। ਅਸੀਂ ਘੱਟੋ ਘੱਟ ਆਪਦੇ ਹੰਭਲੇ ਦੇ ਨਾਲ 8 ਕੁ ਦਿਨਾਂ 'ਚ ਅਸੀਂ 12-15 ਮੋਟਰਸਾਈਕਲ ਜਿਹੜੇ ਅਸੀਂ ਚੋਰੀ ਦੇ ਫੜ ਕੇ ਪ੍ਰਸ਼ਾਸਨ ਨੂੰ ਦਿੱਤੇ ਆ, ਅਤੇ ਅਸੀਂ ਆਸ ਕਰਦੇ ਹਾਂ ਗਾਹਾਂ ਨੂੰ ਵੀ ਸਾਡਾ ਜੇ ਇੰਨਾ ਸੋਹਣਾ ਕੰਮ ਚੱਲੀ ਗਿਆ ਤਾਂ ਅਸੀਂ ਇਹ ਚੀਜ਼ 'ਤੇ ਵੀ ਠੱਲ ਪਾਵਾਂਗੇ। ਪ੍ਰਸ਼ਾਸਨ ਤੁਹਾਡੇ ਨਾਲ ਕੰਪਰੋਮਾਈਜ਼ ਕਰ ਰਿਹਾ, ਵਧੀਆ ਸਹਿਯੋਗ ਦੇ ਰਿਹਾ? ਹਾਂਜੀ, ਹਜੇ ਤੱਕ ਤਾਂ ਸਾਡੇ ਨਾਲ ਜੀ ਬਹੁਤ ਜ਼ਿਆਦਾ ਵਧੀਆ ਸੰਯੋਗ ਆ, SHO ਸਾਹਿਬ ਦਾ, ਬੂਲ ਥਾਣੇ ਦਾ ਬਹੁਤ ਵਧੀਆ ਸੰਯੋਗ ਚੱਲ ਰਿਹਾ ਸਾਡੇ ਨਾਲ। ਜਦੋਂ ਅਸੀਂ ਕਹਿੰਦੇ ਹਾਂ ਕਿ ਸਰ ਤੁਸੀਂ ਇੱਥੇ ਪਹੁੰਚੋ, ਤਾਂ ਉਹਦੀ ਪਹੁੰਚਦੇ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਹੋਵੇ, ਨਹੀਂ ਇਸ ਟਾਈਮ ਸਾਡੇ ਨਾਲ ਪੂਰਾ ਵਧੀਆ ਸਾਥ ਦੇ ਰਹੇ। ਕਮੇਟੀ ਬਣਾਉਣ ਦੀ ਬਾਈ ਲੋੜ ਕਿਉਂ ਪਈ? ਸਰਕਾਰਾਂ ਹੈਗੀਆਂ, ਪ੍ਰਸ਼ਾਸਨ ਹੈਗਾ, ਤੁਹਾਨੂੰ ਅੱਗੇ ਲਾਉਣ ਦੀ ਲੋੜ ਕਿਉਂ ਪਈ? ਵੀਰੇ, ਕਮੇਟੀ ਬਣਾਉਣ ਦਾ ਤਾਂ ਜ਼ਿਆਦਾ ਕੋਈ ਉਹ ਨਹੀਂ ਸੀਗਾ, ਪਹਿਲਾਂ ਮਨ 'ਚ ਕੋਈ ਗੱਲ ਨਹੀਂ ਸੀ। ਸਾਡੇ ਨਾ ਪਿੰਡ ਨੂੰ ਹੱਬ ਬਣਾਤਾ ਸੀਗਾ ਇਹਨਾਂ ਨੇ, ਵੱਡੇ ਗੜ੍ਹ ਵਾਲੇ ਬੈਠੇ ਸੀਗੇ ਜਿਹੜੇ ਸਮਾਨ ਵੱਧ ਵੇਚਦੇ ਸੀ ਚਿੱਟਾ ਇਹ, ਅਤੇ ਉਹਦੇ ਕਰਕੇ ਸਾਡੇ ਪਿੰਡ ਦੇ ਵਿੱਚ 3-4 ਮੌਤਾਂ ਇਹੋ ਜਿਹੀਆਂ ਹੋਈਆਂ, ਜਿਹੜੇ ਇਕੱਲੇ ਇਕੱਲੇ ਪੁੱਤ ਸੀ, ਜ਼ਮੀਨ ਜਾਇਦਾਦ ਵੀ ਸੋਹਣੀ ਸੀਗੀ, ਅਤੇ ਕੁਛ ਕੁ ਮੁੰਡੇ ਭਦੌੜ ਦੇ 2 ਡਰੈਂਡ 'ਤੇ ਪਏ ਸੀਗੇ, 15 ਕੁ ਦਿਨਾਂ 'ਚ 3-4 ਮੁੰਡੇ ਅਸੀਂ ਚੱਕੇ ਸੀਗੇ। ਤਾਂ ਕਰਕੇ ਸਾਨੂੰ ਇਹ ਹੋਇਆ ਕਿ ਜੇ ਆਪਾਂ ਆਪਦੇ ਪਿੰਡ, ਗੁਰੂਆਂ ਦੀ ਧਰਤੀ ਆ, 6ਵੇਂ ਪਾਤਸ਼ਾਹੀ ਚਰਨ ਛੋਹ ਪ੍ਰਾਪਤ ਧਰਤੀ ਆ ਇਹ, ਅਤੇ ਜੇ ਆਪਾਂ ਆਪਦੇ ਪਿੰਡ ਨੂੰ ਇੰਨਾ
ਸੋਹਣਾ ਬਣਾ ਸਕੀਏ ਕਿ ਸਾਡੇ ਪਿੰਡ ਦੀ ਤਾਂ ਕਥਾ ਹਜ਼ੂਰ ਸਾਹਿਬ ਵੀ ਕਈ ਵਾਰੀ ਗਏ ਹਾਂ ਅਸੀਂ ਉੱਥੇ ਸੰਤਾਂ ਤੋਂ ਸੁਣੀ ਦੀ ਆ ਕਿ ਤੁਹਾਨੂੰ ਤੱਕ ਉਹ ਆਪ ਕਹਿ ਦਿੰਦੇ ਆ ਕਿ ਤੁਹਾਡਾ ਪਿੰਡ ਐਡਾ ਇਤਿਹਾਸਕ ਪਿੰਡ ਆ ਕਿ ਤੁਸੀਂ ਨਹਾਉਣ ਕਿੱਥੇ ਤੁਰੇ ਫਿਰਦੇ ਹੋ ਕਿ ਤੁਸੀਂ ਆਪਦਾ ਪਿੰਡ ਹੀ ਸਾਂਭੋ ਤਾਂ ਕਰਕੇ ਵੀਰੇ ਅਸੀਂ ਇਹ ਪਹਿਲਕਦਮੀ ਕੀਤੀ ਆ ਅਤੇ ਬਾਬਾ ਭੈਰੂ ਜੀ ਦਾ ਓਟ ਆਸਰਾ ਲਿਆ ਗਾ ਅੱਜ ਵੀ ਮੀਟਿੰਗ ਸੀਗੀ ਸਾਡੀ ਅਤੇ ਬਾਬਾ ਭੈਰੂ ਦੇ ਦੀਵਾਨ ਹਾਲ 'ਚ ਹੀ ਅਤੇ ਐਂ ਕਰਦੇ ਰਹਾਂਗੇ ਪਿੰਡ ਦਾ ਸਾਥ ਸਾਨੂੰ ਮਿਲਦਾ ਰਹੂਗਾ ਅਤੇ ਅੱਜ ਵੀ ਸਾਨੂੰ ਬਹੁਤ ਸੋਹਣਾ ਹੰਗਾਰਾ ਦਿੱਤਾ ਘੱਟੋ ਘੱਟ 700-800 ਬੰਦੇ ਦਾ ਇਕੱਠ ਸੀਗਾ ਅਤੇ ਬਹੁਤ ਸੋਹਣਾ ਹੰਗਾਰਾ ਮਿਲਿਆ ਅਤੇ ਮੈਂ ਆਸ ਅੱਗੇ ਵੀ ਪਿੰਡ ਤੋਂ ਇਹੀ ਕਰੂੰਗਾ ਕਿ ਸਾਡਾ ਸਾਥ ਦੇਣਗੇ ਅਤੇ ਪਹਿਲੀ ਗੱਲ ਸਾਡੀ ਕਮੇਟੀ ਦੀ ਸਭ ਤੋਂ ਵਧੀਆ ਗੱਲ ਆ ਜਿਹੜੀ ਸਾਡੇ 'ਚ ਕੋਈ ਨਾ ਪ੍ਰਧਾਨ ਆ ਨਾ ਸਾਡਾ ਕੋਈ ਖਜ਼ਾਨਚੀ ਆ ਅਤੇ ਨਾ ਹੀ ਸਾਡਾ ਕੋਈ ਸੰਪਰਕ ਦੂਜਾ ਆਪਾਂ ਸੇਵਾਦਾਰ ਕਹੀਏ ਵੱਡੀ ਗੱਲ ਹੈ ਹਾਂਜੀ ਅਸੀਂ ਸਾਰੇ ਪ੍ਰਧਾਨ ਆ ਇੱਥੇ ਪਿੰਡ ਦੇ ਵਿੱਚ 407-8 ਜਾਣੇ ਆ ਗਰੁੱਪ ਬਣਿਆ ਵਾ ਅਤੇ 410 ਜਾਣੇ ਹੋਵਾਂਗੇ ਜਿਨ੍ਹਾਂ ਦਾ ਗਰੁੱਪ ਆ ਅਤੇ ਕਿਸੇ ਵੀ ਮੈਂਬਰ ਨੂੰ ਪੁੱਛ ਲਿਓ ਕਿਸੇ ਨੂੰ ਐਂ ਕਿਹਾ ਹੋਵੇ ਕਿ ਹਾਂ ਉਹਦੀ ਗੱਲ ਨਾ ਸੁਣੀ ਜਾਂਦੀ ਹੋਵੇ ਓਨੀ ਉਹਦੀ ਸੁਣੀ ਜਾਂਦੀ ਹੈ ਜਿਹੜਾ ਹੁਣ ਆ ਗਿਆ ਉਹਨੂੰ ਹੀ ਉਹ ਜਿਹੜਾ 10 ਦਿਨਾਂ ਤੋਂ ਕੰਮ ਕਰ ਰਿਹਾ ਸਭ ਤੋਂ ਸਾਡੀ ਪਹਿਲੀ ਪ੍ਰਾਪਤੀ ਇਹੀ ਆ ਕਿ ਸਾਡੇ ਕੋਈ ਪ੍ਰਧਾਨ ਨਹੀਂ ਕੋਈ ਖਜ਼ਾਨਚੀ ਨਹੀਂ ਕੁਛ ਨਹੀਂ ਸਾਡੇ ਕੋਲ ਆਪ ਹੀ ਅਸੀਂ ਇਹ ਕੰਮ ਕੀਤਾ ਉਦਮ ਚੱਕ ਕੇ ਆਪਦੇ ਹੀ ਪੱਲੋਂ ਹੀ ਆ ਸਾਰਾ ਕੁਛ ਮਿਹਨਤ ਕਰੀ ਦੀ ਆ ਪਿੰਡਾਂ 'ਚ ਕਮੇਟੀਆਂ ਵੀ ਬਣਾਈਆਂ ਅਤੇ ਬਣਾਉਂਦੇ ਵੀ ਰਹਾਂਗੇ ਤਾਂ ਪੰਜਾਬ ਦੇ ਲੋਕ ਆ ਜਿਹੜੇ ਆਪਣੀ ਪੱਧਰ 'ਤੇ ਲੱਗੇ ਹੋਏ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਆ ਦਿਖਾ ਦਿੱਤਾ ਜਾਵੇ ਇਹ ਪੰਜਾਬ ਦੀ ਉਹ ਧਰਤੀ ਆ ਇਸੇ ਧਰਤੀ ਤੋਂ ਪੰਜਾਬ ਦੇ ਜਿਹੜੇ ਵੱਡੇ ਪਲੇਅਰ ਪੈਦਾ ਹੁੰਦੇ ਰਹੇ ਆ ਚਾਹੇ ਉਹ ਭਲਵਾਨਾਂ ਦੀ ਗੱਲ ਹੋਵੇ ਕੁਸ਼ਤੀਆਂ ਇੱਥੇ ਹੁੰਦੀਆਂ ਰਹੀਆਂ ਨੇ ਵੱਡੇ ਦੰਗਲ ਹੁੰਦੇ ਰਹੇ ਆ ਪੰਜਾਬ ਦਾ ਨਾਮ ਆ ਜਿਹੜਾ ਉਹ ਪਲੇਅਰਾਂ ਦੇ ਤੌਰ 'ਤੇ ਜਿਹੜਾ ਜਾਣਿਆ ਜਾਂਦਾ ਰਿਹਾ ਬਜ਼ੁਰਗ ਵੀ ਖੜ੍ਹੇ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਪਰ ਅੱਜ ਦੀ ਜੇਕਰ ਅਜੋਕੇ ਦੌਰ ਦੀ ਗੱਲ ਕਰ ਲਈਏ ਹਾਲਾਤ ਇਹ ਬਣੇ ਹੋਏ ਆ ਕਿ ਪੰਜਾਬ ਦੇ ਜਿਹੜੇ ਜਿਵੇਂ ਬਾਈ ਨੇ ਗੱਲ ਕੀਤੀ ਹੈ ਕਿ ਚੋਰੀਆਂ ਵਧੀਆਂ ਹੋਈਆਂ ਨਸ਼ਾ ਵਧਿਆ ਹੋਇਆ ਪਰ ਕਾਰਨ ਕੀ ਹੈ ਜੇਕਰ ਲੋਕਾਂ ਨੇ ਅੱਗੇ ਆਉਣਾ ਲੋਕਾਂ ਨੇ ਆਪ ਬੀੜਾ ਉਠਾਉਣਾ ਤਾਂ ਸਰਕਾਰਾਂ ਨੂੰ ਇੱਕ ਸੁਨੇਹਾ ਵੀ ਜਾਂਦਾ ਤੁਹਾਥੋਂ ਪੰਜਾਬ ਦੀ ਸੱਤਾ 'ਤੇ ਕੀ ਕਰਾਉਣਾ ਤੁਸੀਂ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਪਰ ਤੁਹਾਡੀ ਜ਼ਿੰਮੇਦਾਰੀ ਕੀ ਬਣਦੀ ਆ ਜੇਕਰ ਲੋਕਾਂ ਨੇ ਅੱਗੇ ਆਉਣਾ ਜੇਕਰ ਲੋਕਾਂ ਨੇ ਤੁਹਾਨੂੰ ਦੱਸਣਾ ਕਿ ਪੰਜਾਬ ਦੀ ਸਥਿਤੀ ਇਹ ਆ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਆ ਤਾਂ ਤੁਹਾਥੋਂ ਪਰ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਕੇ ਕੀ ਕਰਾਉਣਾ ਆਪਾਂ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਦੇ ਨਾਲ ਬਾਪੂ ਜੀ ਇਹ ਪੰਜਾਬ ਦੀ ਉਹ ਧਰਤੀ ਆ ਜਿੱਥੋਂ ਪਲੇਅਰ ਪੈਦਾ ਹੁੰਦੇ ਰਹੇ ਆ ਪਰ ਅੱਜ ਸਥਿਤੀ ਕੁਛ ਹੋਰ ਬਿਆਨ ਕਰ ਰਹੀ ਹੈ ਹਾਂਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਜਿਹੜਾ ਨਗਰ ਆ ਬਾਬਾ ਭਾਈ ਰੂਪਚੰਦ ਜੀ ਦੇ ਨਾਮ 'ਤੇ ਹਰਗੋਬਿੰਦ ਸਾਹਿਬ ਦਾ ਵਸਾਇਆ ਹੋਇਆ ਪਿੰਡ ਆ ਹਰਗੋਬਿੰਦ ਸਾਹਿਬ ਸੀ ਜਿਹੜੇ ਉਹ ਪਹਿਲਵਾਨਾਂ ਦੇ ਗੁਰੂ ਸਨ ਜਦੋਂ ਉਹ ਕੁਸ਼ਤੀਆਂ ਲੜਾਉਂਦੇ ਉਹਨਾਂ ਦਾ ਇੱਕ ਮੇਨ ਮਕਸਦ ਸੀ ਸਾਡਾ ਜਿਹੜਾ ਸਿੱਖ ਆ ਉਹ ਯੋਧਾ ਹੋਣਾ ਚਾਹੀਦਾ ਇਸ ਕਰਕੇ ਉਹਨਾਂ ਨੂੰ ਭਲਵਾਨੀ ਕਰਾਉਂਦੇ ਅਤੇ ਚੰਗੇ ਚੰਗੇ ਪਹਿਲਵਾਨ ਤਿਆਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਆਪ ਬੈਠ ਕੇ ਇਸ ਕਰਕੇ ਸਾਡੇ 'ਤੇ ਗੁਰੂ ਸਾਹਿਬ ਦਾ ਹੱਥ ਆ ਸਾਰਿਆਂ 'ਤੇ ਸਵੇਰ ਵੇਲੇ ਅਰਦਾਸ ਬੇਨਤੀ ਕਰ ਦਈਦੀ ਆ ਵੀ ਮੇਰੇ ਭਰਾਵਾਂ 'ਤੇ ਮੇਰੇ ਨੌਜਵਾਨਾਂ 'ਤੇ ਮੇਰੇ ਪੁੱਤਰਾਂ 'ਤੇ ਮੇਰੇ ਭਰੇ ਹੱਥ ਰੱਖੀ ਸੱਚੇ ਪਾਤਸ਼ਾਹ ਔਰ ਉਹਦੀ ਕਿਰਪਾ ਨਾਲ ਉਹਦੀ ਕਲਾ ਨਾਲ ਇਹ ਸਾਰਾ ਕੁਛ ਚੱਲੀ ਜਾਂਦਾ ਕੀ ਪੋਲਿਸੀ ਇੱਕ ਇਹ ਬਣਾਈ ਹੋਈ ਹੈ ਇੱਦਾਂ ਦੀ ਜਿਹੜਾ ਪੰਜਾਬ ਨੂੰ ਇੱਕ ਭੱਠੀ ਦੇ ਵਿੱਚ ਝੋਕਿਆ ਜਾ ਰਿਹਾ ਆਏ ਦਿਨ ਕਿਸੇ ਨਾ ਥਾਂ 'ਤੇ ਨੌਜਵਾਨ ਦੀ ਮੌਤ ਹੁੰਦੀ ਹੈ ਕੀ ਆਉਣ ਵਾਲੀਆਂ ਨਸਲਾਂ ਨੂੰ ਇਸੇ ਤਰ੍ਹਾਂ ਹੀ ਬਚਾਇਆ ਜਾ ਸਕਦਾ ਜਾਂ ਸਰਕਾਰਾਂ 'ਤੇ ਵੀ ਕੋਈ ਵਿਸ਼ਵਾਸ ਹੈਗਾ ਦੇਖੋ ਇਹ ਨਸਲਾਂ ਨੂੰ ਜਿਹੜੀਆਂ ਸਰਕਾਰਾਂ ਕੁਛ ਵੱਡੇ ਤਾਂ ਹਿੰਦੁਸਤਾਨ ਦੀਆਂ ਗੱਲ ਕਰੀਏ ਤਾਂ ਉਹ ਚਾਹੁੰਦੇ ਹੀ ਨਹੀਂ ਪੰਜਾਬੀਆਂ ਨੂੰ ਪੰਜਾਬੀਆਂ ਦੀ ਜੜ ਵੱਢਣਾ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਕਾਰਨ ਕੀ ਆ ਪੰਜਾਬੀਆਂ ਨੂੰ ਕਿਉਂਕਿ ਪੰਜਾਬ ਇੱਕ ਹਿੱਕ ਠੋਕ ਕੇ ਅੱਗੇ ਚੱਲਣ ਵਾਲਾ ਪੰਜਾਬ ਆ ਯੋਧਿਆਂ ਦਾ ਪੰਜਾਬ ਆ ਪਹਿਲਵਾਨਾਂ ਦਾ ਖਿਡਾਰੀਆਂ ਦਾ ਪੰਜਾਬ ਆ ਉਹ ਚਾਹੁੰਦੇ ਆ ਵੀ ਇਹ ਮਰੇ ਰਹਿਣ ਕਿਉਂਕਿ ਹੁਣ ਦੇਖੋ ਮੈਂ ਇੱਕ ਗੱਲ ਫੇਰ ਕਰਦਾ ਨਾ ਵੀ ਛੋਟੇ ਬੱਚਿਆਂ ਨੂੰ ਨਿੱਕਿਆਂ ਨੂੰ ਇੱਕ ਸਟਿੰਗ ਅਤੇ ਇੱਕ ਪਤਾ ਨਹੀਂ ਹੋਰ ਕੋਈ ਲਾ ਰੱਖੀ ਆ ਹਿੱਲ ਉਹਦੇ ਨਾਲ ਕੀ ਹੁੰਦਾ ਬੱਚਿਆਂ ਦਾ ਦਿਮਾਗ ਅਤੇ ਸਰੀਰ ਖਰਾਬ ਕਰਨਾ ਹੁਣੇ ਸ਼ੁਰੂ ਕੀਤਾ ਹੋਇਆ ਉਹ ਨਪੁੰਸਕ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਅਤੇ ਅਸੀਂ ਇਹ ਬੀੜਾ ਚੁੱਕਿਆ ਵੀ ਅਸੀਂ ਪਹਿਲਾਂ ਇਹੀ ਬੀੜਾ ਚੁੱਕਿਆ ਵੀ ਅਸੀਂ ਆਪਦਾ ਪਿੰਡ ਆ ਜਿਹੜਾ ਸਾਡੇ ਜਿਹੜੇ ਨੌਜਵਾਨ ਆ ਲੱਗ ਕੇ ਉਹ ਅਸੀਂ ਬਚਾਉਣਾ ਹੀ ਬਚਾਉਣਾ ਹਰ ਹਾਲਤ 'ਚ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਅਸੀਂ ਦੇਵਾਂਗੇ ਵੈਸੇ ਤਾਂ ਇਹ ਸਰਕਾਰਾਂ ਦਾ ਫਰਜ਼ ਬਣਦਾ ਪਰ ਸਾਡੇ ਜਿਹੜੇ ਸਰਕਾਰ ਦੇ ਇੱਥੇ ਬੰਦੇ ਆ ਉਹ ਵੀ ਬਹੁਤ ਸਹਿਯੋਗ ਕਰ ਰਹੇ ਆ ਕਿਉਂਕਿ ਉਸ ਪਿੰਡ ਨਾਲ ਆ ਅਸੀਂ ਪਿੰਡ ਕਰਕੇ ਲੱਗ ਗਏ ਹੁਣ ਐਂ ਨਹੀਂ ਵੀ ਫਲਾਨਾ ਬੰਦਾ ਇਹ ਸਾਰੇ ਤਰ੍ਹਾਂ ਦੇ ਸਾਡੇ ਨਾਲ ਬੰਦੇ ਆ ਅਸੀਂ ਇੱਥੋਂ ਇਸ ਨਗਰ ਦੇ ਵਿੱਚੋਂ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਵੀ ਤਿਆਰ ਕੀਤੇ ਅਸੀਂ ਇੱਕ ਬਹੁਤ ਵੱਡਾ ਸਾਡਾ ਇੱਕ ਪਲੇਟਫਾਰਮ ਆ ਖਿਡਾਰੀਆਂ ਦਾ ਬਣਿਆ ਵਾ ਉੱਥੇ ਸਟੇਡੀਅਮ ਉੱਥੇ ਹਰ ਇੱਕ ਤਰ੍ਹਾਂ ਦਾ ਕੋਚ ਆ ਅਸੀਂ ਤਾਂ ਪਹਿਲਾਂ ਹੀ ਐਡਾ ਵੱਡਾ ਉਪਰਾਲਾ ਕਰਿਆ ਹੋਇਆ ਵੀ ਅਸੀਂ ਤਾਂ ਯੋਧੇ ਪੈਦਾ ਕਰਨੇ ਆ ਗੁਰਸਿੱਖ ਪੈ ਗਏ ਅੰਮ੍ਰਿਤਧਾਰੀ ਸਿੰਘ ਇੱਥੇ ਦੇਖ ਰਹੇ ਹੋਵੋਗੇ ਤੁਸੀਂ ਸਾਰੇ ਇਹਦੇ ਮਹਾਰਾਜ ਦੀ ਕਿਰਪਾ ਹੋਈ ਵੀ ਆ ਸਭ 'ਤੇ ਸਾਡੇ ਜਿਹੜੇ ਨੌਜਵਾਨ ਆ ਉਹ ਮੋਨੇ ਸਿੱਖ ਹੈ ਉਹ ਐਂ ਨਹੀਂ ਉਹ ਵੀ ਅੰਦਰੋਂ ਅੰਮ੍ਰਿਤ ਪਾਣੀ ਜਜ਼ਬਾਤ ਹੈਗੇ ਆ ਜਜ਼ਬਾਤ ਉਹ ਹੈਗੇ ਹਾਂਜੀ ਜਜ਼ਬਾਤ ਕਿਉਂਕਿ ਮੈਂ ਖੁਦ ਵੀ ਇਸ ਤਰ੍ਹਾਂ ਰਿਹਾ ਪਰ ਮਹਾਰਾਜ ਦੀ ਫੁੱਲ ਕਿਰਪਾ ਉਹਨਾਂ ਬੰਦਿਆਂ 'ਤੇ ਇਸੇ ਕਰਕੇ ਯੁੱਧ ਲਾ ਰਿਹਾ ਉਹ ਹਰ ਇੱਕ ਬੰਦੇ ਨੂੰ ਘੇਰ ਕੇ ਗਿੱਚੀ 'ਚ ਹੱਥ ਪਾ ਕੇ ਥੱਲੇ ਲਾਉਣ ਦੀ ਉਹਨਾਂ 'ਚ ਤਾਕਤ ਆ ਹਰਗੋਬਿੰਦ ਸਾਹਿਬ ਦਾ ਹੱਥ ਆ ਉਹਨਾਂ 'ਤੇ ਇਸ ਕਰਕੇ ਅਸੀਂ ਜਿਹੜਾ ਭਾਈ ਰੂਪੇ ਦੇ ਵਿੱਚ ਆ ਜਿਹੜਾ ਅਸੀਂ ਨਹੀਂ ਰਹਿਣ ਦੇਣਾ ਨਸ਼ਾ ਕੁਛ ਮਰਜ਼ੀ ਹੋ ਜਾਵੇ ਬਸ ਇੰਨਾ ਹੀ ਅਸੀਂ ਫੈਸਲਾ ਕੀਤਾ ਹੋਇਆ ਤਾਂ ਆਪਾਂ ਗੱਲਬਾਤ ਕਰਦੇ ਹਾਂ ਬਾਈ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਸਾਨੂੰ ਧਮਕੀਆਂ
धमकिया उन्ने टाइम देंगे जिन्ना टाइम उन्होंने समान लग्या होंगे इदू बाद असं जिन्हें ने सू धमकिया दिखाई मुंडिया ने अं मिले हैं रुमाल बन्ने भी भी खुचा ने उन्होंने कि यार साडा खेड़ा छड़ा दो सेंटर च भेज दौ तो यदा होंदिया ही होंदिया माड़िया मोटिया जी कोई बड़ी गल नहीं हैगी यह जी कोई गल नहीं हैगी दस दिन हो गए बेचर कोई काम करते हैं कोई सूटी नहीं होंगी डांग नहीं होंगी कल एक दो जने जाके फड़ लियाने असी तीन तीन चार चार जने फड़ के लेके आईदे कोई यह जी गल नहीं फिर फड़ के तुसी प्रशासन नूं जानकारी दिंदे हो जां आप तुसी उत्थों तक जिहड़ी पहुँच करदे हो असी भीरे पहला तो अं क्लीयर कर दें सू कि जिहड़ा जिहड़े हिसाब नाल मतलब कि बंदा फड़ीदा समान वाला तो उस हिसाब उहते कारवाई करी दी है तो जे हुण चोरी वाला तो वह जिथों का ज पता दसदे कि साढ़े को जिमें हम एक मोटरसाइकिल इतों खाई तो चक्या गया सीगा असी उत्थों की पुलिस ने कंटैक्ट किया उन्होंने उत्थों का सौंपता कि कहो हरेक चीज़ आप जिन्ना छेती तो छेती हो चीज़ अगले के परिवार को मिल जाए तो जे समान वाला समान की रिकवरी थोड़ी होंगी है तो कुछ को दिक्कत आ रही तो हूँ असं बड़े मगरमच्छ भी फड़ांगे तो हूँ असं सब तो बीड़े ही बड़े मगरमच्छा संघर्ष तिखा हो सकता हाँ बई असल जी सा अंदरली प्लैनिंग सोहनी बना ली तो हूँ असी इन्हों नहीं फड़ते जोड़े मुंडे मतलब कि 200 की बैट या 300 की बैट आ हूँ असं जो पाइया अद्धा किलो वाला काम करते ना हूँ असं उन्हना मगर लगा उन्होंने फड़न के लिए फिर चुनौतियों का सामना भी करना पै सकता हाँ होगा भीरे क्योंकि तैयार हो चुनौतियों के लिए हाँ हाँ भीरे ये कोई डर वाली गल नहीं रात को मुंडे पैरा लाँदे हिक ठोक के लाँदे चलूगा काम अगे भी चलूगा चलावे भी हूँ असं राह बंद करा सीटीसी कैमरे ला रहे हैं पिंड दे विच ते एक भाई होर अहम सवाल है इत्थे सरकारां दे अक्सर कहा जाता है कि यार लम्मा खिलारा पिया होया उलझा होया काम समा लगेगा जिहड़ा काम सरकारां तो रहिंदे समें दे विच नहीं हुंदा वह तुसी कर पाओगे की पंजाब जिहड़ा नशा मुक्त जां चोरी मुक्त हो पाऊगा जां जिले की गल कर लिए पिंड पद्धर की गल कर लिए भाई साढ़े पिंड ते एड्डी सोहनी कृपा गई मैं सानू हिक ठोक के कहना वह खड़ी है साड़ी फैरोगेट की गड्डी पिंड ने बनाई है सरकार से असी आस नहीं लगी कि जो साड़ी फसल से कोई मार पैंदी है असी आपदे पिंड ने दमना बनाई है एंबूलेंस की सेवा साढ़े पिंड की चलती है तो हूँ जो साढ़े पिंड ने यही बीड़ा चेक लिया सत्तों क्यों नहीं कहा लंघूगा असी लंघावे जाऊगा साडा पिंड अगे बधूगा असी सरकारों तो आस करते नहीं जो आस करते साडे पिंड एंबूलेंस की सेवा सानू आप लानी पैंती या फैरोगेट की गड्डी सानू आप बनानी पैंती असी किसी सरकार तो कोई आस नहीं करते क्योंकि सरकार तो जमलियां खेडी जाएगा वो तो किकली पाती वो तो पाती ये काम आ सरकार का कोई आस नहीं भीरे तो ना ही आस रखो क्यों ये जिन्ना क टाइम चार महीने तीन महीने जो पार्टियां कोई भी आदियाँ उदों हला हला नारे बजते जरूर बजते बजते रहने तो पिंड वालों मैं तो यह गल कहना तुम वो बंद का साथ जरूर दया करो जो थोड़े मूहे खड़ता गा जो काम आ असं तो आप कहने साडा साथ जरूर असं मूहे तुरे हैं जे ज नहीं सानू तुसी पिछे करना तुसी आप आना असं वेलकम करते हैं मूहे आके जिहड़ी तुहाडी रणनीति है कोई क्योंकि किसी बच्चे के दिमाग की भी रणनीति सोहनी आ सकती है ये कोई ऐ नहीं हुंदा आप बंदा पासे हुंदा कोई एक बच्चे की बैठे बैठे की गल चो पता लग जाता हुंदा कि आह चीज़ आए हैं हुण असीं जिहड़े मुंडे नशा करन वाले बाहरों पिंडां चों आउंदे ना असीं एक नवीं रणनीति बनाई है कि असीं प्रशासन नूं नहीं फड़ाउणा क्योंकि उन्होंने भी शाम नूं छड्ड ही देणा की कारण क्यों हाँ छड़ना पैंदा उन्होंने मजबूरियां बननी क्योंकि उन्होंने को बनाम दी नहीं होंदी पीण वाले होंदे हुण असीं उन्हां तों ना स्कूलां दी सफाई कराया करांगे नालियां कढवाया करांगे तो फड़ के असीं ये काम जरूर असीं वधावांगे यह काम करांगे क्योंकि सफाई तां करा लगे तो क्यों उन्हां नूं भी पता लगे कि हाँ पिंड वाले फड़ के आह काम कराउंदे ना असीं किसे नूं कुट्टणा हुण सब तो पहलां असीं ये कारवाई करांगे तां गल्लबात होर करदे हां आपां मास्टर सुरजीत सिंह दी अगवाई दे विच जिहड़ी सारी कमेटी काम कर रही है मास्टर जी कि आउण वाली नसल नूं इस तरीके बचाया जा सकता जो समय के गर्भ के बिल्कुल जी कोई दो राय नहीं है जोड़े लोग है जो उठ खड़ना उन्होंने इतिहास बदलते अपना तो सिक्की का इतिहास ही है एक एक सिंह ने चैलेंज किए औरंगजेब वर्ग दृढ़ता भी वो होनी चाहिए है बिल्कुल हैगी है ये तो नौजवानों वैसे ही बदनाम किया वै खा ले नशा ने खा ले फलाने कुछ ने कर ले यह जी कोई गल ही नहीं जो हूँ हड़ आए थे उत्थे भी नौजवान से जो दिल्ली का मोर्चा लग्या उत्थे भी नौजवान ने पहल कदमी की तो नशा से भी आंढ़ गुआंढ जिन्हें भी साढ़े पिंड है सारे ने कमेटियां बनाई सी आप बना के आए जाके अज करनाम सिंह वाले कमेटी बनाई सी रात चिट्टे वाले ने हब दब किए साडे बंदे नूं ते अज सवेरे उन्हें माफ़ी मंगी शरेआम भी मैं अगे तो यह गलती नहीं करूँगा सारे कट्ठे हाँ सी माँ प्यो के मन के बच्चा डर भी है कितने कितने नशे नूं लैके वड्डी गल आ नशा जो पंजाब दे विचों खत्म होने का नाँ नहीं ले लिया कि जिहड़ी नौजवानी पंजाब छड्ड के जा रही है असीं गलबात कीती है कहिंदे नशा वध है इत्थे मापिया ने गलबात की कहते भी जे असी बच्चा बचाना तो असी पंजाब चो कढ देना ये बदल नहीं पंजाब चो बच्चा कढना परमात्मा की मेहर बच्चा मेरा ही बाहर जा सकता सी मैं नहीं भेजा उत्थे तो दुखुला नशा है
उत्थे तां नशा उन्हां दा पास कीता वी 2 ग्राम तक रख सकदे आ। आपां देखदे आ किन्ना नशा चलदा अपने धरती नाल। ते धरती नहीं ते साडे बाबे होया, गुरु नानक देव जी होया, कि सिख धर्म वधिया फुलिया, पीर पकंबर होया गे, असीं क्यों जावांगे बाहर? की मुड़ उह धरती दी, उह समाज दी, उह पंजाब दी सिरजना कीती जा सकदी आ? लोकां मूहरे कुछ नहीं, जे लोक चाहुण तां, ते जे लोकां नहीं मैं की लैणा फिर नहीं। पर लोकां च हुण बहुत दृढ़ता है, इह सिरजा जो समाज द्वारा लक टुटे पे लोकां दे, नशे ने खा ली दुनिया, को साडी आर्थिकता सरकारां ने मारती, लोकां नूं आना पऊगा उस रास्ते ते। की आने वाले समय के बच्चे लम्मा संघर्ष है, होर भी जड़ियां अपलांघा ने पुटियां जाणगियां? संघर्ष बहुत लंबा, आजादी दूजी लड़ाई है, सालां बद्दी चलू, कै साल चलू नहीं पता, क्योंकि जिहड़ी अलामत समाज में फैल जे वह पूरी तरह खत्म नहीं होंदी हुंदी। पर जे असी आप साडे बजुर्गों ने साडे लई कुछ कीता है ते असी आने वाली पीढ़ी लई करांगे, वह सानूं फिर ही साडा सत्कार करनगे, नहीं वह साडी मौत तो बाद भी सानूं बददुआवां देणगे वी यार उन्हां तों कुछ सरे ही नहीं गा, वह खा खा के ढिड वधा के तुर गए वी, उन्हां तों ये बीमारी नहीं बंद हुई जी। तो पिंड भाई रूपा जिला बठिंडे का पिंड है, किसी शायर ने लिखा कि जदों कौम अपनी जड़ों नूं टुट जाती है तो उहदा वजूद आ जिहड़ा बहुती देर तक कायम नहीं रहिंदा। तो यह नौजवान है, ये बजुर्ग ने, नौजवान है, इकट्ठे हो के कमेटी बनाई है पिंड जो चिट्टे का नशा जां चोरियां जो भी आ पंजाब दे विच हो रहा है वो सब दे सामने है। सरकारां तक इन्हां लोगों का विश्वास नहीं है, क्यों नहीं है? ये भी एक बड़े सवाल आ, तो एक बड़ी जिहड़ी एक सोचण वाली गल है, खंगालन की लोड़ है, इन्हां चीज़ों की घोख करन की लोड़ है कि लोगों का सरकारां तो विश्वास क्यों उठा। मुख्यमंत्री साहब आए दिन कहिंदे कि असीं नशे नूं कंट्रोल दे विच कर लिया, पर हालात पंजाब दे विच इह बणे होए आ तुहाडे सामणे आ कि लोग अपनी पद्धर ते कमेटियां पिंड पिंड दे विच बना रहे आ। पिंड भाई रूपा जिले बठिंडे का वड्डा पिंड है, तो यह पिंड का नाम चाहे वह कबड्डी की गल होवे, चाहे नैशनल गेमां की गल होवे, चाहे एशियन गेमां की ना हो गल होवे, वड्डे प्लेयर इस पिंड दे विचों उठते रहे आ। पर अजकल चिट्टा नशा इस पिंड ने, चिट्टे ने जेकर लैस पिंड नूं भी, तो लोगों ने वड्डी पहलकदमी की आ, अपनी पद्धर ते की आ कि असी हुण चिट्टे नूं जेकर जड़ों खत्म करना तो असी अपने तरीके नाल करांगे, जेकर आने वाली नसलों नूं बचाउणा, जेकर उन्हां नूं इह स्थिर रखना कि कुछ कर सकन। ये गुरुआं पीरां दी पवित्र धरती है, वह धरती है जिथे लहरां उठदियां रहियां ने, अज फिर एक लहर उठी आ नशे नूं लैके। तो इन्हां लोगों की गुहार भी आ सरकार अगे कि इन्हां दा साथ दिता जाए, प्रशासन अगे भी गुहार है, तो आने वाले समय के संघर्ष जिहड़ा होर भी लंबा किया जाऊगा। जुड़े रहो पंजाब टीवी चैनल के नाल, मैं सिमरजीत सिंह संधाणा, धन्यवाद।